ਆਪਣਾ ਕੋਈ ਵੀ ਗੀਤ ਗਾਉਂਦੇ ਹੋ ਬਣਾਉਂਦੇ ਹੋ ਕਿ ਤੁਹਾਨੂੰ ਵੀ ਇੱਕ ਇਨਸਿਕਿਉਰਿਟੀ ਹੁੰਦੀ ਹੈ? ਬਿਲਕੁਲ ਹੁੰਦੀ ਹੈ। ਤੁਹਾਨੂੰ ਲੱਗਿਆ ਅੱਜ ਤੱਕ ਕਦੇ ਵੀ ਮੈਂ ਕਿਸੇ ਮੀਡੀਆ ਇੰਟਰਵਿਊ 'ਚ ਜਾਂ ਕਿਤੇ ਵੀ ਮੈਂ ਗਾਣਾ ਰਿਵੀਲ ਕੀਤਾ ਹੋਵੇ? ਸਿਰਫ ਇਸੇ ਡਰ ਕਰਕੇ ਕਿ ਸਾਡੀ ਕੀਤੀ ਕਰਾਈ ਮਿਹਨਤ 'ਤੇ ਕੋਈ ਹੋਰ ਕ੍ਰੈਡਿਟ ਕਿਵੇਂ ਲੈ ਜਾਵੇ, ਕਿਉਂਕਿ ਇਹ ਚੀਜ਼ਾਂ ਪਹਿਲਾਂ ਨਹੀਂ ਕਦੇ ਹੁੰਦੀਆਂ ਸੀ। ਪਹਿਲਾਂ ਉਸਤਾਦ ਸਰਦੂਲ ਸਾਹਿਬ, ਹੰਸ ਜੀ, ਉਸਤਾਦ ਜੀ ਸਾਡੇ ਜਦੋਂ ਵੀ ਇਕੱਠੇ ਬਹਿੰਦੇ ਸੀ, ਕਦੇ ਕਦੇ ਕਿੱਥੇ ਮਹਿਫਿਲ ਲੱਗਣੀ, ਉਹਨਾਂ ਨੇ ਆਪਣੇ ਅਨਰਿਲੀਜ਼ਡ ਗਾਣੇ ਇੱਕ ਦੂਸਰੇ ਨੂੰ ਸੁਣਾਉਣੇ। ਉਹ ਚਾਹੇ ਦਵਿੰਦਰ ਖੰਨੇਵਾਲਾ ਜੀ ਸੀਗੇ, ਯੂ ਨੋ, ਐਂਡ ਚਾਹੇ ਉਹ ਦੇਬੀ ਮਖਸੂਸਪੁਰੀ ਸੀ। ਇੰਨੇ ਵੱਡੇ ਵੱਡੇ ਲੋਕਾਂ ਨੇ ਗਾਣੇ ਕੀਤੇ, ਐਡੇ ਵੱਡੇ ਵੱਡੇ ਲੋਕਾਂ ਨੇ ਮਾਸਟਰ ਪੀਸਿਸ ਬਣਾਏ, ਉਹ ਮਾਸਟਰ ਪੀਸਿਸ ਆਪਸ 'ਚ ਸ਼ੇਅਰ ਕੀਤੇ, ਉਹਨਾਂ ਨੂੰ ਕੁਛ ਵੱਡਾ ਮਿਲਿਆ। ਇੱਕ ਬੰਦੇ ਨੇ ਕਿਹਾ ਨਹੀਂ ਯਾਰ ਆਹ ਵਰਡ ਦੀ ਥਾਂ ਆਹ ਲਾ ਲੈ, ਉਹਨਾਂ ਨੂੰ ਕੁਛ ਸਿਖਲਾਈ ਮਿਲੀ, ਦੇ ਗੋਟ ਸਮਥਿੰਗ ਬੈਕ ਫਰੋਮ ਇਟ। ਸੋ ਜੇ ਉਹਨਾਂ ਨੂੰ ਸ਼ੇਅਰ ਕਰਕੇ ਇੰਨਾ ਕੁਛ ਮਿਲ ਰਿਹਾ ਸੀਗਾ, ਤਾਂ ਅੱਜ ਸਾਨੂੰ ਸ਼ੇਅਰ ਕਰਕੇ ਸਿਰਫ ਨੁਕਸਾਨ ਹੋ ਰਿਹਾ, ਕਿਉਂਕਿ ਹਰ ਇੱਕ ਬੰਦੇ ਦੀ ਜਿਹੜੀ ਇੱਕ ਇਨਸਿਕਿਉਰਿਟੀ ਹੈ ਕਿ ਕੁਛ ਚੰਦ ਬੰਦੇ ਇੱਦਾਂ ਦੇ ਨਾ ਆ ਜਾਣ ਜਿਹੜੇ ਸਾਡੇ ਕੋਨਸੈਪਟ ਨੂੰ ਚੱਕ ਕੇ ਉਹਨੂੰ ਯੂਜ਼ ਕਰਕੇ ਮੈਨੀਪੁਲੇਟ ਕਰਕੇ ਉਹਨੂੰ ਖਰਾਬ ਕਰਨ। ਮੈਂ ਅੱਧੇ ਤੋਂ ਜ਼ਿਆਦਾ ਕੋਨਸੈਪਟ ਇੰਡਸਟਰੀ 'ਚ ਇਸੇ ਕਰਕੇ ਆਪਣੇ ਨਹੀਂ ਸ਼ੇਅਰ ਕਰਦਾ ਕਿ ਮੈਨੂੰ ਕੱਲ੍ਹ ਨੂੰ ਵੀ ਉਹਨੂੰ ਪੂਰਾ ਤਰੀਕੇ ਨਾਲ ਰੂਪਾਂਤਰਣ ਨਾ ਦਿਖਾ ਪਾਉਣ ਉਹ, ਜਾਂ ਨਾ ਸੁਣਾ ਪਾਉਣ ਗਾਣੇ ਨੂੰ, ਪਰ ਉਹ ਕੋਸ਼ਿਸ਼ ਜ਼ਰੂਰ ਕਰਨ। ਫਿਰ ਉਹ ਕੋਨਸੈਪਟ ਅਤੇ ਉਸ ਕ੍ਰੀਏਸ਼ਨ ਦੀ ਤੋਹੀਨ ਹੈ, ਸੋ ਉਹਦੀ ਡਿਸਰਿਸਪੈਕਟ ਹੈ, ਇਸ ਕਰਕੇ ਡਰਦੀ ਹੈ ਦੁਨੀਆ। ਹੋ ਰਹੀ ਹੈ ਓਏ, ਸਿੰਗਰਸ ਆਪਣੇ ਗਾਣਿਆਂ ਥਰੂ ਤਾਨੇ ਮਾਰ ਰਹੇ ਇੱਕ ਦੂਜੇ ਨੂੰ, ਇਸ ਬਾਰੇ ਤੁਸੀਂ ਕੀ ਕਹੋ? ਇਹ ਰੈਪ ਕਲਚਰ ਸੀਗਾ ਡਿਸਟ੍ਰੈਕਸ ਦਾ, ਵੀ ਡਿਸ ਕਰਨਾ ਇੱਕ ਦੂਸਰੇ ਨੂੰ। ਸਾਡੇ ਪੰਜਾਬ ਦਾ ਤਾਂ ਕਲਚਰ ਹੀ ਨਹੀਂ ਹੈ, ਸਾਡੇ ਪੰਜਾਬ 'ਚ ਤਾਂ ਬੜਾਵਾ ਦਿੰਦੇ ਆ। ਤੁਸੀਂ ਗੈਰੀ ਸੰਧੂ ਦਾ ਗਾਣਾ ਨਹੀਂ ਸੁਣਿਆ? ਉਹਨੇ ਦੁਆਬਾ ਗਾਣੇ ਦੇ ਵਿੱਚ ਦਲਜੀਤ ਬਾਰੇ, ਹੈ ਨਾ, ਦਲਜੀਤ ਬਾਈ ਬਾਰੇ, ਜੈਜ਼ੀ ਬੀ ਜੀ ਬਾਰੇ ਕਿੰਨਾ ਅੱਛਾ ਅੱਛਾ ਬੋਲਿਆ। ਯੂ ਨੋ, ਜੈਜ਼ੀ ਵੱਖਰੇ ਲਿਆਇਆ ਸੀ ਨਾ, ਹੈ ਨਾ, ਰਿਵਾਜ਼ ਅਲੜੇ, ਅੱਜ ਤੱਕ ਅੱਜ ਤਾਈਂ ਚੱਲ ਰਿਹਾ ਨਾਗ ਅਲੜੇ। ਦੈਟ ਇਜ਼ ਟਰੂ। ਜੇ ਇੱਕ ਆਰਟਿਸਟ ਦੂਸਰੇ ਆਰਟਿਸਟ ਦੀ ਤਾਰੀਫ ਨਹੀਂ ਕਰੂਗਾ ਤਾਂ ਹੋਰ ਕੌਣ ਕਰੂਗਾ? ਅਤੇ ਮੇਰੇ ਹਿਸਾਬ ਨਾਲ ਇੱਕ ਦੂਸਰੇ ਨੂੰ ਨੀਚਾ ਦਿਖਾਉਣ ਵਾਲੀ ਗੱਲ ਤਾਂ ਕਦੇ ਹੋਣੀ ਨਹੀਂ ਚਾਹੀਦੀ, ਕਿਉਂਕਿ ਤੁਸੀਂ ਵੀ ਉਸੇ ਇੰਡਸਟਰੀ ਦੇ ਵਿੱਚ ਉਸੇ ਤਰੀਕੇ ਨਾਲ ਉਹੀ ਟ੍ਰਿਕਸ ਕਰ ਕਰਕੇ ਰੋਟੀ ਕਮਾ ਰਹੇ ਹੋ ਜੋ ਦੂਸਰਾ ਆਰਟਿਸਟ ਕਮਾ ਰਿਹਾ। ਸੋ ਮੇਰੇ ਹਿਸਾਬ ਨਾਲ ਇਹ ਤਾਂ ਫਿਰ ਤੁਸੀਂ ਕਿਸੇ ਨੂੰ ਗਲਤ ਕਹਿ ਰਹੇ ਹੋ ਤਾਂ ਤੁਸੀਂ ਆਪ ਵੀ ਉਨੀ ਗਲਤ ਹੋ ਰਹੇ, ਸ਼ਾਇਦ ਦੁੱਗਣੇ ਗਲਤ ਹੋ ਰਹੇ। ਮੇਰਾ ਮੰਨਣਾ ਇਹ ਹੈ, ਕਿਉਂਕਿ ਸਾਡੇ ਪੰਜਾਬ ਦਾ ਕਲਚਰ ਨਹੀਂ ਹੈ ਡਿਸਟ੍ਰੈਕਸ ਐਂਡ ਤਾਨੇ ਮਾਰਨਾ, ਇਹ ਸਾਡੇ ਪੰਜਾਬ ਦਾ ਕਲਚਰ ਨਹੀਂ। ਸਾਡੇ ਪੰਜਾਬ ਦਾ ਕਲਚਰ ਬੜਾਵਾ ਦੇਣਾ। ਆਪਣਾ ਕੋਈ ਵੀ ਗੀਤ ਗਾਉਂਦੇ ਹੋ ਬਣਾਉਂਦੇ ਹੋ ਕਿ ਤੁਹਾਨੂੰ ਵੀ ਇੱਕ ਇਨਸਿਕਿਉਰਿਟੀ ਹੁੰਦੀ ਹੈ? ਬਿਲਕੁਲ ਹੁੰਦੀ ਹੈ। ਤੁਹਾਨੂੰ ਲੱਗਿਆ ਅੱਜ ਤੱਕ ਕਦੇ ਵੀ ਮੈਂ ਕਿਸੇ ਮੀਡੀਆ ਇੰਟਰਵਿਊ 'ਚ ਜਾਂ ਕਿਤੇ ਵੀ ਮੈਂ ਗਾਣਾ ਰਿਵੀਲ ਕੀਤਾ ਹੋਵੇ? ਸਿਰਫ ਇਸੇ ਡਰ ਕਰਕੇ ਕਿ ਸਾਡੀ ਕੀਤੀ ਕਰਾਈ ਮਿਹਨਤ 'ਤੇ ਕੋਈ ਹੋਰ ਕ੍ਰੈਡਿਟ ਕਿਵੇਂ ਲੈ ਜਾਵੇ, ਕਿਉਂਕਿ ਇਹ ਚੀਜ਼ਾਂ ਪਹਿਲਾਂ ਨਹੀਂ ਕਦੇ ਹੁੰਦੀਆਂ ਸੀ। ਪਹਿਲਾਂ ਉਸਤਾਦ ਸਰਦੂਲ ਸਾਹਿਬ, ਹੰਸ ਜੀ, ਉਸਤਾਦ ਜੀ ਸਾਡੇ ਜਦੋਂ ਵੀ ਇਕੱਠੇ ਬਹਿੰਦੇ ਸੀ, ਕਦੇ ਕਦੇ ਕਿੱਥੇ ਮਹਿਫਿਲ ਲੱਗਣੀ, ਉਹਨਾਂ ਨੇ ਆਪਣੇ ਅਨਰਿਲੀਜ਼ਡ ਗਾਣੇ ਇੱਕ ਦੂਸਰੇ ਨੂੰ ਸੁਣਾਉਣੇ। ਉਹ ਚਾਹੇ ਦਵਿੰਦਰ ਖੰਨੇਵਾਲਾ ਜੀ ਸੀਗੇ, ਯੂ ਨੋ, ਐਂਡ ਚਾਹੇ ਉਹ ਦੇਬੀ ਮਖਸੂਸਪੁਰੀ ਸੀ। ਇੰਨੇ ਵੱਡੇ ਵੱਡੇ ਲੋਕਾਂ ਨੇ ਗਾਣੇ ਕੀਤੇ, ਐਡੇ ਵੱਡੇ ਵੱਡੇ ਲੋਕਾਂ ਨੇ ਮਾਸਟਰ ਪੀਸਿਸ ਬਣਾਏ, ਉਹ ਮਾਸਟਰ ਪੀਸਿਸ ਆਪਸ 'ਚ ਸ਼ੇਅਰ ਕੀਤੇ, ਉਹਨਾਂ ਨੂੰ ਕੁਛ ਵੱਡਾ ਮਿਲਿਆ। ਇੱਕ ਬੰਦੇ ਨੇ ਕਿਹਾ ਨਹੀਂ ਯਾਰ ਆਹ ਵਰਡ ਦੀ ਥਾਂ ਆਹ ਲਾ ਲੈ, ਉਹਨਾਂ ਨੂੰ ਕੁਛ ਸਿਖਲਾਈ ਮਿਲੀ, ਦੇ ਗੋਟ ਸਮਥਿੰਗ ਬੈਕ ਫਰੋਮ ਇਟ। ਸੋ ਜੇ ਉਹਨਾਂ ਨੂੰ ਸ਼ੇਅਰ ਕਰਕੇ ਇੰਨਾ ਕੁਛ ਮਿਲ ਰਿਹਾ ਸੀਗਾ, ਤਾਂ ਅੱਜ ਸਾਨੂੰ ਸ਼ੇਅਰ ਕਰਕੇ ਸਿਰਫ ਨੁਕਸਾਨ ਹੋ ਰਿਹਾ, ਕਿਉਂਕਿ ਹਰ ਇੱਕ ਬੰਦੇ ਦੀ ਜਿਹੜੀ ਇੱਕ ਇਨਸਿਕਿਉਰਿਟੀ ਹੈ ਕਿ ਕੁਛ ਚੰਦ ਬੰਦੇ ਇੱਦਾਂ ਦੇ ਨਾ ਆ ਜਾਣ ਜਿਹੜੇ ਸਾਡੇ ਕੋਨਸੈਪਟ ਨੂੰ ਚੱਕ ਕੇ ਉਹਨੂੰ ਯੂਜ਼ ਕਰਕੇ ਮੈਨੀਪੁਲੇਟ ਕਰਕੇ ਉਹਨੂੰ ਖਰਾਬ ਕਰਨ। ਮੈਂ ਅੱਧੇ ਤੋਂ ਜ਼ਿਆਦਾ ਕੋਨਸੈਪਟ ਇੰਡਸਟਰੀ 'ਚ ਇਸੇ ਕਰਕੇ ਆਪਣੇ ਨਹੀਂ ਸ਼ੇਅਰ ਕਰਦਾ ਕਿ ਮੈਨੂੰ ਕੱਲ੍ਹ ਨੂੰ ਵੀ ਉਹਨੂੰ ਪੂਰਾ ਤਰੀਕੇ ਨਾਲ ਰੂਪਾਂਤਰਣ ਨਾ ਦਿਖਾ ਪਾਉਣ ਉਹ, ਜਾਂ ਨਾ ਸੁਣਾ ਪਾਉਣ ਗਾਣੇ ਨੂੰ, ਪਰ ਉਹ ਕੋਸ਼ਿਸ਼ ਜ਼ਰੂਰ ਕਰਨ। ਫਿਰ ਉਹ ਕੋਨਸੈਪਟ ਅਤੇ ਉਸ ਕ੍ਰੀਏਸ਼ਨ ਦੀ ਤੋਹੀਨ ਹੈ, ਸੋ ਉਹਦੀ ਡਿਸਰਿਸਪੈਕਟ ਹੈ, ਇਸ ਕਰਕੇ ਡਰਦੀ ਹੈ ਦੁਨੀਆ। ਹੋ ਰਹੀ ਹੈ ਓਏ, ਸਿੰਗਰਸ ਆਪਣੇ ਗਾਣਿਆਂ ਥਰੂ ਤਾਨੇ ਮਾਰ ਰਹੇ ਇੱਕ ਦੂਜੇ ਨੂੰ, ਇਸ ਬਾਰੇ ਤੁਸੀਂ ਕੀ ਕਹੋ? ਇਹ ਰੈਪ ਕਲਚਰ ਸੀਗਾ ਡਿਸਟ੍ਰੈਕਸ ਦਾ, ਵੀ ਡਿਸ ਕਰਨਾ ਇੱਕ ਦੂਸਰੇ ਨੂੰ। ਸਾਡੇ ਪੰਜਾਬ ਦਾ ਤਾਂ ਕਲਚਰ ਹੀ ਨਹੀਂ ਹੈ, ਸਾਡੇ ਪੰਜਾਬ 'ਚ ਤਾਂ ਬੜਾਵਾ ਦਿੰਦੇ ਆ। ਤੁਸੀਂ ਗੈਰੀ ਸੰਧੂ ਦਾ ਗਾਣਾ ਨਹੀਂ ਸੁਣਿਆ?
ਉਹਨੇ ਦੁਆਬਾ ਗਾਣੇ ਦੇ ਵਿੱਚ ਦਲਜੀਤ ਬਾਰੇ, ਹੈ ਨਾ, ਦਲਜੀਤ ਬਾਈ ਬਾਰੇ, ਜੈਜ਼ੀ ਬੀ ਜੀ ਬਾਰੇ ਕਿੰਨਾ ਅੱਛਾ ਬੋਲਿਆ। ਯੂਨੋ ਜੈਜ਼ੀ ਵੱਖਰੇ ਲਿਆਇਆ ਸੀ ਨਾ, ਰਿਵਾਜ਼ ਅਲੜੇ, ਅੱਜ ਤੱਕ ਅੱਜ ਤਾਂ ਹੀ ਚੱਲ ਰਿਹਾ ਨਾਗ ਅਲੜੇ। ਦੈਟ ਇਜ਼ ਟਰੂ। ਜੇ ਇੱਕ ਆਰਟਿਸਟ ਦੂਸਰੇ ਆਰਟਿਸਟ ਦੀ ਤਾਰੀਫ ਨਹੀਂ ਕਰੂਗਾ ਤਾਂ ਹੋਰ ਕੌਣ ਕਰੂਗਾ? ਅਤੇ ਮੇਰੇ ਹਿਸਾਬ ਨਾਲ ਇੱਕ ਦੂਸਰੇ ਨੂੰ ਨੀਚਾ ਦਿਖਾਉਣ ਵਾਲੀ ਗੱਲ ਤਾਂ ਕਦੇ ਹੋਣੀ ਨਹੀਂ ਚਾਹੀਦੀ, ਕਿਉਂਕਿ ਤੁਸੀਂ ਵੀ ਉਸੇ ਇੰਡਸਟਰੀ ਦੇ ਵਿੱਚ ਉਸੇ ਤਰੀਕੇ ਨਾਲ ਉਹੀ ਟ੍ਰਿਕਸ ਕਰ ਕਰਕੇ ਰੋਟੀ ਕਮਾ ਰਹੇ ਹੋ ਜੋ ਦੂਸਰਾ ਆਰਟਿਸਟ ਕਮਾ ਰਿਹਾ। ਸੋ ਮੇਰੇ ਹਿਸਾਬ ਨਾਲ ਇਹ ਤਾਂ ਫਿਰ ਤੁਸੀਂ ਕਿਸੇ ਨੂੰ ਗਲਤ ਕਹਿ ਰਹੇ ਹੋ ਤਾਂ ਤੁਸੀਂ ਆਪ ਵੀ ਉਨੀ ਗਲਤ ਹੋ ਰਹੇ, ਸ਼ਾਇਦ ਦੁੱਗਣੇ ਗਲਤ ਹੋ ਰਹੇ। ਮੇਰਾ ਮੰਨਣਾ ਇਹ ਹੈ ਕਿਉਂਕਿ ਸਾਡੇ ਪੰਜਾਬ ਦਾ ਕਲਚਰ ਨਹੀਂ ਹੈ ਡਿਸਟ੍ਰੈਕਟਸ ਐਂਡ ਤਾਨੇ ਮਾਰਨਾ, ਇਹ ਸਾਡੇ ਪੰਜਾਬ ਦਾ ਕਲਚਰ ਨਹੀਂ। ਸਾਡੇ ਪੰਜਾਬ ਦਾ ਕਲਚਰ ਬੜਾਵਾ ਦੇਣਾ।